ਕਹਿੰਦਾ ਵੀ ਗੈਰੀ ਸੁੱਤਾ ਪਿਆ ਸੀਗਾ ਅਤੇ ਉਹਦੇ ਘਰ ਆ ਕੇ ਉਹਦਾ ਅੰਗੂਠਾ ਲਵਾ ਕੇ ਫੋਨ 'ਤੇ ਅਸੀਂ ਉਹਦੇ ਫੋਨ ਤੋਂ ਹੋ ਗਏ ਲਾਈਵ। ਸ਼ੈਰੀ ਨੇ ਕੀਤਾ ਗੈਰੀ ਨਾਲ ਮਜ਼ਾਕ, ਸ਼ੈਰੀ ਪਹੁੰਚੇ ਗੈਰੀ ਦੇ ਘਰ ਤੇ ਕੀਤਾ ਫੋਨ ਅਨਲੌਕ। ਦੱਸਦੇ ਤੁਹਾਨੂੰ ਕਿ ਹਾਲ ਹੀ ਦੇ ਵਿੱਚ ਗੈਰੀ ਸੰਧੂ ਦੇ ਘਰ ਪਹੁੰਚੇ ਸਨ ਸ਼ੈਰੀ ਮਾਨ, ਔਰ ਗੈਰੀ ਸੰਧੂ ਜਦ ਸੋ ਰਹੇ ਸੀਗੇ ਤਾਂ ਕਿਵੇਂ ਸ਼ੈਰੀ ਮਾਨ ਨੇ ਚੋਰੀ ਛਿਪੇ ਉਹਨਾਂ ਦਾ ਫੋਨ ਅਨਲੌਕ ਕੀਤਾ ਫਿੰਗਰ ਪ੍ਰਿੰਟ ਦੇ ਰਾਹੀਂ, ਅਤੇ ਫਿਰ ਹੋ ਗਏ ਲਾਈਵ ਗੈਰੀ ਸੰਧੂ ਦੇ ਪੇਜ ਤੋਂ। ਤੇ ਹੁਣ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਵੀਡੀਓ ਜਦ ਲਾਈਵ ਹੋਏ ਸੀਗੇ ਸ਼ੈਰੀ ਮਾਨ ਗੈਰੀ ਸੰਧੂ ਦੇ ਪੇਜ ਤੋਂ। ਚਲਾਇਆ ਹੋਇਆ ਚੱਲਦਾ ਹੀ ਹੋਊਗਾ, ਹੋ ਗਏ ਲਾਈਵ। ਹਾਂਜੀ ਆਇਆ ਤਾਂ ਹੈ ਨਹੀਂ ਕੋਈ, ਅਜੇ ਜੁੜ ਰਹੇ ਆ ਬੰਦੇ, ਹੋਈ ਹੋਈ ਜੁੜਨਗੇ ਟਾਈਮ ਜਾ ਆ ਗਈ। ਹਾਂ ਹੁਣ ਆਇਆ, ਲੈ ਵੀ ਗੈਰੀ ਸੁੱਤਾ ਪਿਆ ਸੀਗਾ ਅਤੇ ਉਹਦੇ ਘਰ ਆ ਕੇ ਉਹਦਾ ਅੰਗੂਠਾ ਲਵਾ ਕੇ ਫੋਨ 'ਤੇ ਅਸੀਂ ਉਹਦੇ ਫੋਨ ਤੋਂ ਹੋ ਗਏ ਲਾਈਵ। ਥੱਲੇ ਥੱਲੇ ਇੱਕ ਬੰਦੇ ਦਾ ਮੈਸੇਜ ਵੀ ਆ ਗਿਆ, ਕਹਿੰਦਾ ਵੈਰੀ ਗੁੱਡ ਸੰਧੂ ਸਾਹਿਬ। ਉਹ ਨਹੀਂ ਬਾਈ, ਮੈਂ ਸ਼ੈਰੀ ਮਾਨ ਬੋਲ ਰਿਹਾ ਗੈਰੀ ਸੰਧੂ ਦੇ ਪੇਜ ਤੋਂ, ਅਤੇ ਪਹਿਲਾਂ ਤਾਂ ਥੈਂਕ ਯੂ ਵੈਰੀ ਮੱਚ, ਜਿੰਨੇ ਕੁ ਮੈਸੇਜ ਮੈਨੂੰ ਆਏ ਆ ਕੱਲ੍ਹ ਦੇ ਫਿਲਮ ਬਾਰੇ, ਵੀ ਯਾਰ ਬਹੁਤ ਘੈਂਟ ਫਿਲਮ ਲੱਗੀ, ਸਾਰਿਆਂ ਨੂੰ ਹੀ ਬਹੁਤ ਵਧੀਆ ਲੱਗੀ, ਸੋ ਥੈਂਕ ਯੂ ਸੋ ਮੱਚ। ਜਿੰਨੇ ਵੀ ਗੈਰੀ ਦੇ ਫੈਨਸ ਆ ਉਹ ਵੀ ਜ਼ਰੂਰ ਜਾ ਕੇ ਚੈੱਕ ਕਰੋ, ਦੇਖੋ ਫਿਲਮ, ਬਹੁਤ ਹੀ ਵਧੀਆ ਮੂਵੀ ਦੀ ਰਿਪੋਰਟ ਹੈ, ਅਤੇ ਉਮੀਦ ਹੈ ਜਿਨ੍ਹਾਂ ਨੇ ਨਹੀਂ ਦੇਖੀ ਅੱਜ ਜਾ ਕੇ ਦੇਖਣਗੇ, ਕਿਉਂਕਿ ਕੱਲ੍ਹ ਬਾਬਾ ਜੀ ਦਾ ਗੁਰਪੁਰਬ ਵੀ ਸੀਗਾ ਇਸ ਕਰਕੇ, ਪਰ ਸਟਿਲ ਜਿੰਨੇ ਮੈਨੂੰ ਮੈਸੇਜ ਆਏ ਕਮਾਲ। ਬਾਕੀ ਬਹੁਤ ਸਾਰੇ ਹੁਣ ਵੀ ਮੈਸੇਜ ਆ ਰਿਹਾ, ਨਿਊਜ਼ੀਲੈਂਡ ਤੋਂ ਅੰਕਿਤ ਦਾ ਮੈਸੇਜ, ਜਸ ਪੰਜਾਬੀ ਇਜ਼ ਵਾਚਿੰਗ। ਸੋ ਇਹ ਤੋਂ ਪਹਿਲਾਂ ਵੀ ਗੈਰੀ ਉੱਠ ਜੇ ਸੁੱਤਾ ਪਿਆ, ਆਪਾਂ ਆਪਦਾ ਮੈਸੇਜ ਦੇ ਦਈਏ ਮੋਦਨ ਦਾ ਆ ਗਿਆ ਮੈਸੇਜ, ਮੋਦਨ ਕਹਿੰਦਾ ਸਿਰਾ ਬਾਈ। ਅਤੇ ਫਿਲਮ ਬਾਰੇ ਆ ਰਹੇ ਨੇ ਮੈਸੇਜ ਬਹੁਤ, ਸ਼ੁਭਿੰਦਰ ਕਹਿੰਦਾ ਟੋਰਾਂਟੋ ਤੋਂ, ਕਹਿੰਦਾ ਬਾਈ ਵੇਟ ਕਰ ਰਿਹਾ ਸ਼ੋਅ ਦੀ, ਥੈਂਕ ਯੂ ਬਾਈ ਰਿਵਿਊ। ਆਈ ਡੀ ਮੀਡੀਆ ਤੰਜੂ ਕਹਿੰਦਾ ਟੋਰਾਂਟੋ ਰਿਵਿਊਜ਼ ਕਮਿੰਗ ਸੂਨ, ਵੈਰੀ ਗੁੱਡ, ਲਵ ਯੂ। ਅਤੇ ਸਿਮਰਨ ਮਾਨ ਇਜ਼ ਵਾਚਿੰਗ, ਥੈਂਕ ਯੂ। ਅਤੇ ਬਹੁਤ ਹੀ ਘੈਂਟ ਘੈਂਟ ਮੈਸੇਜ ਆ ਰਹੇ ਨੇ, ਬਹੁਤ ਤੁਹਾਡੇ ਰਿਵਿਊਜ਼ ਆ ਰਹੇ ਨੇ, ਸੋ ਥੈਂਕ ਯੂ ਵੈਰੀ ਮੱਚ। ਅਤੇ ਹੈਪੀ ਕਹਿੰਦਾ ਗੈਰੀ ਬਾਈ ਲਵ ਯੂ ਟ੍ਰੇਨ, ਲਵ ਯੂ ਹੈ ਤੈਨੂੰ ਟ੍ਰੇਨ ਭਰ ਕੇ, ਰਾਤ ਹੀ ਸੁਣਦੇ ਸੀ ਗਾਣੇ ਇਹਦੇ, ਪਿਆਰ ਨਾਲ ਮਨ ਨਹੀਂ ਤਾਂ ਕਰੂੰ ਖੜ ਕੇ, ਬੰਦਾ ਬਣ ਮੇਰੇ ਨਾਲ ਵਿਆਹ ਕਰਵਾ ਲੈ, ਪਤਾ ਨਹੀਂ ਗਾ ਨਹੀਂ ਨਹੀਂ, ਰੁੜਕੇ ਨੂੰ ਲੈ ਜਾ ਮੇਰੀ ਬਾਂਹ ਫੜ ਕੇ। ਅੱਛਾ ਸੋ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ, ਜਿੰਨੇ ਵੀ ਮੈਸੇਜ ਆ ਰਹੇ ਆ, ਜਿੰਨੇ ਵੀ ਰਿਵਿਊਜ਼ ਆ ਰਹੇ ਆ ਕਮਾਲ ਦੇ, ਅਤੇ ਸ਼ੁਕਰ ਹੈ ਰੱਬ ਦਾ ਕਿ ਤੁਸੀਂ ਸਾਡੀ ਮਿਹਨਤ ਨੂੰ ਅਸੈਪਟ ਕੀਤਾ। ਕਾਫੀ ਟਾਈਮ ਤੋਂ ਮੈਨੂੰ ਪਤਾ ਕਿ ਸਾਰੇ ਵੇਟ ਕਰ ਰਹੇ ਸੀ, ਸਪੈਸ਼ਲੀ ਫੈਨਸ ਜਿਹੜੇ ਆ ਉਹ ਵੇਟ ਕਰ ਰਹੇ ਸੀ,
ਸਿਮਰਨ ਮਾਨ ਕਹਿੰਦਾ ਬਾਈ ਟਿਕਟਾਂ ਹੋ ਗਈਆਂ ਬੁੱਕ, ਕਰਾ ਲਓ ਟਿਕਟਾਂ ਬੁੱਕ ਕਰਾ ਲਓ। ਅੱਜ ਅਸੀਂ ਕੋਸ਼ਿਸ਼ ਕਰਾਂਗੇ ਨੇੜੇ ਦੇ ਪਹਿਲਾਂ ਜਿਹੜੇ ਥੀਏਟਰਸ ਸਪੈਸ਼ਲੀ ਚੰਡੀਗੜ੍ਹ ਮੋਹਾਲੀ ਦੇ ਸਡਨਲੀ ਉਹ ਸਾਰੇ ਥੀਏਟਰਾਂ 'ਤੇ ਜਾ ਕੇ ਸਡਨਲੀ ਵਿਜ਼ਿਟ ਕਰਾਂਗੇ। ਤੁਸੀਂ ਵੀ ਬੈਠੇ ਹੋ ਸਕਦੇ ਹਾਂ ਵਿੱਚ, ਹੋ ਸਕਦਾ ਹਾਂ। ਬਠਿੰਡੇ ਵਾਲਿਆਂ ਵੱਲੋਂ ਫੁੱਲ ਸਪੋਰਟ ਜਸ ਪੰਜਾਬੀ ਕਹਿੰਦਾ। ਨਿਊਜ਼ੀਲੈਂਡ ਵਾਲੇ ਜਾਗੇ ਫਿਰਦੇ ਨੇ ਹੁਣ, ਨਿਊਜ਼ੀਲੈਂਡ ਵਾਲੇ ਉਹ ਲਵ ਯੂ ਤੁਹਾਨੂੰ ਵੀ, ਔਕਲੈਂਡ ਸਪੈਸ਼ਲੀ ਜਿੰਨੇ ਵੀ ਆਪਣੇ ਪੰਜਾਬੀ ਸਾਰੇ ਦੇਖ ਕੇ ਆਓ ਫਿਲਮ, ਬਹੁਤ ਸੋਹਣੀ ਫਿਲਮ ਬਣੀ ਹੈ ਅਤੇ ਉਮੀਦ ਕਰਦੇ ਹਾਂ ਸਾਰਿਆਂ ਨੂੰ ਬਹੁਤ ਵਧੀਆ ਲੱਗੂਗੀ। ਅਤੇ ਤਰਨ ਨੇ ਦੇਖ ਲਈ ਮੂਵੀ, ਕਹਿੰਦਾ ਮੂਵੀ ਅੱਤ ਸੀ ਬਾਈ, ਪਾਰਟ 2 ਚਾਹੀਦਾ, ਬਿਲਕੁਲ ਬਣਾਵਾਂਗੇ, ਪਹਿਲਾਂ ਤੁਸੀਂ ਇਹਨੂੰ ਦੇਖੋ। ਅਤੇ ਉਮੀਦ ਹੈ ਕਿ ਹੋਰ ਜਿਹੜੇ ਅੱਜ ਜਾਣਗੇ ਦੇਖਣ ਉਹਨਾਂ ਨੂੰ ਵੀ ਫਿਲਮ ਵਧੀਆ ਲੱਗੂਗੀ। ਅਤੇ ਥੈਂਕ ਯੂ ਸੋ ਮੱਚ ਸਾਰਿਆਂ ਦਾ ਜੀ। ਮੈਨੂੰ ਜਿਹੜੇ ਬਹੁਤ ਜ਼ਿਆਦਾ ਜਿਹੜੇ ਮੈਸੇਜ ਆਏ ਆ ਉਹ ਇਹ ਆਏ ਆ ਵੀ ਬਾਈ ਅੱਜ ਫਿਲਮ ਦੇਖੀ ਆ, ਕੱਲ੍ਹ ਨੂੰ ਦੁਬਾਰਾ ਰਿਪੀਟ 'ਤੇ ਦੇਖਣੀ ਆ, ਜਾਂ ਇਹ ਮੈਸੇਜ ਆਏ ਆ ਵੀ ਬਾਈ ਪਾਰਟ 2 ਵੀ ਅਨਾਊਂਸ ਕਰੋ ਜਲਦੀ ਜਲਦੀ। ਸੋ ਪਾਰਟ 2 ਵੀ ਹੋ ਸਕਦਾ ਆਉਣ ਵਾਲੇ ਟਾਈਮ 'ਚ ਅਸੀਂ ਅਨਾਊਂਸ ਕਰੀਏ। ਹਿਮਾਚਲ ਵਾਲਿਆਂ ਦੀ ਆ ਗਈ ਸਪੋਰਟ, ਵਿਕਰਮ ਕਹਿੰਦਾ ਬਾਈ ਹਿਮਾਚਲ ਵੱਲੋਂ ਫੁੱਲ ਸਪੋਰਟ। ਗੈਰੀ ਤਾਂ ਸੱਤਾ ਪਿਆ ਜੀ, ਗੈਰੀ ਨੂੰ ਥਾ ਕੇ ਉਹਨੂੰ ਚਾਹ ਚੂ ਪਿਆਉਂਦੇ ਹਾਂ ਪਹਿਲਾਂ। ਸੋ ਬਹੁਤ ਸਾਰੇ ਯਾਰ ਮੈਸੇਜ ਆ ਰਹੇ ਨੇ, ਅਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਫਿਲਮ ਜ਼ਰੂਰ ਦੇਖਿਓ। ਗੁਰੀ ਸਿੱਧੂ ਕਹਿੰਦਾ ਬਾਈ ਫੁੱਲ ਸਪੋਰਟ ਕੈਨੇਡਾ BC ਵੈਨਕੂਵਰ ਤੋਂ। ਅਤੇ ਗੁਰਸੇਵਕ ਦਾ ਆ ਗਿਆ, ਹਾਂ ਬਾਈ ਠੀਕ ਠਾਕ। ਜੱਸੀ ਲੌਕੇ ਵੱਲੋਂ ਵੀ ਫੁੱਲ ਸਪੋਰਟ ਆ, ਕਹਿੰਦਾ ਗੁਰਪ੍ਰੀਤ ਕਹਿੰਦਾ ਜੱਸੀ ਲੌਕਾ। ਸੋ ਮੈਂ ਇਹ ਸਾਰਿਆਂ ਨੂੰ ਕਹਿਣਾ ਸੀ ਵੀ ਡੈਫੀਨੇਟਲੀ ਸਾਰੇ ਜ਼ਰੂਰ ਜਾ ਕੇ ਦੇਖਿਓ, ਬਹੁਤ ਹੀ ਵਧੀਆ ਮੈਸੇਜ ਆ ਰਹੇ ਨੇ, ਥੈਂਕ ਯੂ ਸੋ ਮੱਚ। ਅਤੇ ਮੈਂ ਬਸ ਇੱਥੇ ਲਾਈਵ ਹੋ ਕੇ ਇਹੀ ਕਹਿਣਾ ਸੀ, ਇੱਕ ਮੈਂ ਗਾਣਾ ਜ਼ਰੂਰ ਮੈਨੂੰ ਜਿਹੜਾ ਵਧੀਆ ਲੱਗਦਾ ਇੱਥੇ ਬਸ, ਕੱਲ੍ਹ ਅਸੀਂ ਰਾਤ ਹੀ ਸੁਣਦੇ ਆਉਂਦੇ ਸੀ, ਦਿੱਲੀ ਤੋਂ ਵਾਪਸ ਆਉਂਦੇ ਸੀਗੇ, ਜਿਹੜਾ ਇਹਦਾ ਹੀ ਗੈਰੀ ਵਾਲਾ ਜਿਹੜਾ ਗਾਣਾ ਨਹੀਂ, ਮੈਨੂੰ ਬਹੁਤ ਘੈਂਟ ਲੱਗਦਾ। ਕਹਿੰਦਾ ਲਵ ਯੂ ਹੈ ਤੈਨੂੰ ਇਹ ਟਰੇਨ ਭਰ ਕੇ, ਪਿਆਰ ਨਾਲ ਮਨ ਨਹੀਂ ਤਾਂ ਕਰੂੰ ਖੜ ਕੇ, ਬੰਦਾ ਬਣ ਮੇਰੇ ਨਾਲ ਵਿਆਹ ਕਰਵਾ ਲੈ, ਰੁੜ ਕੇ ਨੂੰ ਲੈ ਜਾ ਮੇਰੀ ਬਾਂਹ ਫੜ ਕੇ। ਮੈਸੇਜ ਆਉਣੇ ਸ਼ੁਰੂ ਹੋ ਗਏ, ਕਹਿੰਦੇ ਬਾਈ ਗੈਰੀ ਨੂੰ ਉਠਾਓ ਯਾਰ, ਗੈਰੀ ਨੂੰ ਸੁੱਤਾ ਪਿਆ ਨਹੀਂ ਹੁੰਦੇ ਹੋ ਜੇ, ਲੇਟ ਸੁੱਤਾ ਬਾਈ ਰਾਤ, ਹਾਂ ਫੋਨ 'ਤੇ ਗੱਲ ਕਰਦਾ ਸੀ ਰਾਤ, ਥੋੜ੍ਹਾ ਲੇਟ ਸੁੱਤਾ। ਸੋ ਥੈਂਕ ਯੂ ਸੋ ਮੱਚ, ਲਵ ਯੂ ਮੇਰੇ ਵੱਲੋਂ ਸਾਰਿਆਂ ਨੂੰ ਫੁੱਲ ਸਪੋਰਟ। ਆਏ ਹਾਏ ਪਾਕਿਸਤਾਨ ਤੋਂ ਵੀ ਮੈਸੇਜ ਆ ਗਿਆ ਹਾਮਿਦ ਜ਼ਾਕਿਰ ਦਾ, ਕਿਆ ਬਾਤ ਆ, ਲਵ ਫਰੋਮ ਪਾਕਿਸਤਾਨ, ਸੇਮ ਹੇਅਰ ਹਾਮਿਦ, ਲਵ ਫਰੋਮ ਇੰਡੀਆ, ਲਵ ਫਰੋਮ ਪੰਜਾਬ। ਅਤੇ ਲੱਖੀ ਦਾ ਆ ਗਿਆ ਮੈਸੇਜ, ਬਾਈ ਵੀ ਗੋਇੰਗ ਫਰੋਮ ਨਿਊਯਾਰਕ, ਬਿਲਕੁਲ ਜੀ, ਸਾਰੇ ਜ਼ਰੂਰ ਜਾਇਓ। ਅਤੇ ਕਸੂਤੀ ਡਿਗਰੀ ਯਾਰ ਜਿਗਰੀ ਫੁੱਲ ਸਪੋਰਟ ਫਰੋਮ USA, ਥੈਂਕ ਯੂ ਸੋ ਮੱਚ ਬਾਈ ਜੀ। ਪੂਜਾ ਕਿਵੇਂ ਆ, ਪੂਜਾ ਠੀਕ ਹੈ। ਸੋ ਅੱਛਾ ਕਹਿੰਦਾ ਪੂਜਾ ਕਿਵੇਂ ਆ, ਗਾ ਦਿਓ ਯਾਰ ਛੱਡਿਆ ਸੁਣਾ ਦਿਓ।
ਡਾਲਰਾਂ ਲਈ ਯਾਰ ਛੱਡਿਆ। ਅਸਲ ਚ ਵਿੱਚ ਨਾ ਦੋ ਕੁੜੀਆਂ ਕੁੜੀਆਂ ਦੇ ਵੀ ਮੈਸੇਜ ਆਇਆ, ਵੇਅਰ ਇਜ਼ ਗੈਰੀ, ਆ ਬਠਿੰਡੇ ਵਾਲੇ ਦਾ ਇੱਧਰ ਭਾਈ ਪੁੱਛਦਾ ਵੀ ਠਾਓ। ਬਠਿੰਡੇ ਵਾਲੇ ਕਹਿੰਦੇ ਠਾਓ, ਕੋਈ ਨਹੀਂ ਹਜੇ ਮੈਂ ਤੁਹਾਨੂੰ ਦੱਸਿਆ ਵੀ ਥੋੜ੍ਹਾ ਲੇਟ ਸੁੱਤਾ, ਕੱਚੀ ਨੀਂਦ ਨਹੀਂ ਸੌਣਾ। ਹਾਂ, ਡਾਲਰਾਂ ਲਈ ਯਾਰ ਛੱਡਿਆ, ਤਾਂਹੀਓ ਫਿਰਦੀਆਂ ਕਦਰਾਂ ਗਵਾਉਂਦੀ, ਸਾਡੀਆਂ ਕਸਾ ਕੇ ਜੁੱਤੀਆਂ, ਹੀਲ ਜਿੰਮੀ ਚੂਦੀ ਕਿੱਥੇ ਰਾਸ ਆਉਂਦੀ। ਡਾਲਰਾਂ ਲਈ ਯਾਰ ਛੱਡਿਆ, ਯਾਰ ਛੱਡਿਆ, ਯਾਰ ਛੱਡਿਆ। ਥੈਂਕ ਯੂ। ਅੱਛਾ ਇੱਕ ਮੈਸੇਜ ਆਇਆ ਬੜਾ ਇੰਟਰਸਟਿੰਗ ਜਿਹਾ, ਕਹਿੰਦਾ ਵੀ ਗੈਰੀ ਅਤੇ ਸ਼ੈਰੀ ਦੋਨੇ ਦੋਨੇ ਆਓ, ਕਹਿੰਦਾ ਫਿਲਮ ਉਹ ਗੋਰਾ ਕੌਂਕੇ ਇਸ ਵਾਚਿੰਗ, ਕੌਂਕਿਆਂ ਵਾਲਾ ਗੋਰਾ ਵੀ ਵਾਚਿੰਗ। ਗੋਰਾ ਕਹਿੰਦਾ ਮੈਂ ਕਿੱਥੇ, ਕਹਿੰਦਾ ਕੰਮ ਖਿੱਚੀ ਫਿਰਦੇ। ਰੂਪ ਫਰੋਮ ਜਰਮਨੀ, ਥੈਂਕ ਯੂ ਜੀ। ਹੌਲੀ ਹੌਲੀ ਗਿੱਧੇ ਵਿੱਚ ਨੱਚ ਬਦਲੋ ਨੀ, ਮੈਨੂੰ ਸਾਰੇ ਗਾਣੇ ਗੈਰੀ ਦੇ ਯਾਦ ਕਰਾ ਰਿਹਾ। ਮੂਵੀ ਬਾਈ ਗਦਰਾ, ਲਵ ਯੂ ਐਂਡ ਗੈਰੀ ਗਾਡਰ ਗਾਡਰ, ਥੈਂਕ ਯੂ ਸੋ ਮੱਚ। ਹੇ ਸ਼ੈਰੀ, ਲਵ ਯੂ ਸੋ ਮੱਚ ਨਾਲ ਦਿਲ ਭੇਜਿਆ, ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ। ਅਤੇ ਠੀਕ ਹੈ ਜੀ, ਬਸ ਓਕੇ ਰਿਪੋਰਟ ਆ ਜਾਵਾਂ ਭਾਅ ਜੀ। ਅੱਜ ਦੇਖ ਲਈ ਧੰਨਵਾਦ, ਜਿਨ੍ਹਾਂ ਨੇ ਦੇਖ ਲਈ ਬਹੁਤ ਧੰਨਵਾਦ, ਜਿਨ੍ਹਾਂ ਨੇ ਨਹੀਂ ਦੇਖੀ ਦੇਖ ਕੇ। ਰਾਜੇ ਦਾ ਆ ਗਿਆ ਕਹਿੰਦਾ ਮਹਾ ਮੂਵੀ, ਐ ਮਹਾ ਮੂਵੀ, ਐ ਵੱਡੀ ਗੱਲ ਹੋ ਗਈ, ਮਹਾ ਮੂਵੀ ਹੋ ਗਈ, ਕਹਿੰਦਾ ਕਿਆ ਬਾਤ ਹੈ। ਸੋ ਥੈਂਕ ਯੂ ਸੋ ਮੱਚ, ਥੈਂਕ ਯੂ ਸੋ ਮੱਚ ਸਾਰਿਆਂ ਦਾ, ਗੈਰੀ ਦੇ ਫੈਨਸ ਦਾ, ਮੇਰੇ ਫੈਨਸ ਦਾ। ਅਤੇ ਮੂਵੀ ਜ਼ਰੂਰ ਦੇਖਿਓ, ਆਪਾਂ ਅਗਲੇ 2-3 ਦਿਨਾਂ 'ਚ ਮਿਲਦੇ ਹਾਂ ਥੀਏਟਰਸ ਦੇ ਵਿੱਚ, ਜਿੱਥੇ ਜਿੱਥੇ ਵੀ ਤੁਸੀਂ ਦੇਖ ਰਹੇ ਹੋ, ਹੋਪਫੁਲੀ ਕਿਤੇ ਨਾ ਕਿਤੇ ਆਪਾਂ ਮਿਲ ਕੇ ਇਕੱਠੇ ਹੁੰਦੇ ਹਾਂ। ਸੋ ਲਵ ਯੂ, ਅਤੇ ਮੂਵੀ ਦੇਖ ਕੇ ਦੱਸਿਓ ਜ਼ਰੂਰ ਵੀ ਕਿਵੇਂ ਲੱਗੀ ਸਾਰਿਆਂ ਨੂੰ।